ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ। ਅੱਜ ਇੱਕ ਹੋਰ ਕਿਰਤ ਕਰਦੇ ਹਾਂ ਛੁੱਟੀ ਦੇ ਦਿਨ। ਆਹ ਤਵੀਆਂ ਖੋਲੀਆਂ ਨੇ ਆਪਣੀਆਂ। ਪਿਛਲੇ ਸੀਜ਼ਨ ਦੀ ਵਹਾਈ ਦੇ ਦੌਰਾਨ ਇਹ ਸਾਰੇ ਤਵੇ ਅੱਡੋ ਅੱਡ ਫਿਰਦੇ ਸੀ ਅਤੇ ਇਹਨਾਂ 'ਚ ਢਿੱਲ ਬਹੁਤ ਜ਼ਿਆਦਾ ਸੀ, ਉਹਦੇ ਕਰਕੇ ਇਹ ਪੰਗਾ ਲਿਆ ਪਹਿਲੀ ਵਾਰ ਤਵੀਆਂ ਖੋਲ੍ਹਣ ਦਾ। ਅਤੇ ਬਾਕੀ ਦੇਖਦੇ ਹਾਂ ਵੀ ਇਹ ਜੁੜਨਗੀਆਂ ਕਿ ਨਹੀਂ। ਅਤੇ ਇੱਕ ਆਹ ਜਿਹੜੀ ਸਮੱਸਿਆ ਇਹ ਮੈਨੂੰ ਬਹੁਤ ਵਾਰੀ ਆਈ ਹੈ। ਹਾਂ, ਜਿਵੇਂ ਤੁਸੀਂ ਦੇਖ ਹੀ ਰਹੇ ਹੋ, ਇਹ ਗੁੱਲੀ ਦੋ ਵਾਰ ਆਪਾਂ ਬਾਹਰੋਂ ਵੈਲਡ ਕਰਾ ਲਈ, ਤਿੰਨ ਵਾਰ ਆਪਾਂ ਇਹ ਘਰੇ ਕਰ ਲਈ, ਪਰ ਇਹ ਹਰ ਵਾਰ ਟੁੱਟ ਜਾਂਦੀ ਸੀ। ਅਤੇ ਆਹ ਹੁਣ ਉੱਪਰ ਇਸ ਵਾਰੀ ਇੱਕ ਤਾਂ ਸਰੀਏ ਧਰਕੇ ਆਹ ਉਰੇ ਆਲੇ ਦੁਆਲੇ ਮਾਲ ਲਾਇਆ ਇਹਦੇ ਅਤੇ ਵਿੱਚੋਂ ਵੈਲਡ ਭਰੀ ਹੈ। ਅਤੇ ਆਹ ਇੱਕ ਨਟ ਲਾ ਤਾ, ਨਟ ਲਾ ਕੇ ਆ ਵਿਚਾਲੇ ਪੱਤੀ ਜਿਹੜੀ ਇਹ ਵੀ ਨਵੀਂ ਲਾਈ ਹੈ। ਹਰੇਕ ਸੀਜ਼ਨ ਦੇ ਵਿੱਚ ਇਹ ਗੁੱਲੀ ਟੁੱਟੀ ਹੈ ਜਾਂ ਇਹ ਜੜੋਂ ਹੀ ਨਿਕਲ ਜਾਂਦੀ ਹੁੰਦੀ ਹੈ। ਅਤੇ ਐਤਕੀ ਦੇਖਦੇ ਹਾਂ ਵੀ ਹੁਣ ਇਹਦਾ ਬਣਦਾ ਕੀ ਆ। ਪਰ ਜੇ ਮੇਰੇ ਵੀਰੋ ਕਿਸੇ ਨੂੰ ਪਤਾ ਵੀ ਇਹ ਕਿਉਂ ਟੁੱਟਦੀ ਆ ਤਾਂ ਉਹ ਮੇਰੇ ਨਾਲ ਜ਼ਰੂਰ ਸਾਂਝਾ ਕਰਿਓ ਕਮੈਂਟਸ ਦੇ ਵਿੱਚ। ਤਾਂ ਦੇਖੋ ਜਿਵੇਂ ਹੁਣ ਆਪਾਂ ਤਵੇ ਨੇ, ਇਹ ਸਾਰੇ ਤਵੇ ਹਿਲਦੇ ਨੇ, ਸਾਰਿਆਂ 'ਚ ਢਿੱਲ ਹੈ। ਇਹ ਜਦੋਂ ਆਪਾਂ ਵਾਹੁੰਦੇ ਹਾਂ ਇੱਕ ਤਵਾ ਅੱਡ ਤੁਰਿਆ ਫਿਰਦਾ ਹੁੰਦਾ, ਦੂਜਾ ਤਵਾ ਅੱਡ, ਯਾਨੀ ਕਿ ਇਕੱਠੇ ਨਹੀਂ ਘੁੰਮਦੇ ਇਹ, ਸਾਰੇ ਅੱਡੋ ਅੱਡ ਘੁੰਮਦੇ ਨੇ। ਹਾਲਾਂਕਿ ਪਹਿਲਾਂ ਆਪਾਂ ਕਰੇ ਤਵੀਆਂ ਖੋਲ੍ਹੀਆਂ ਨਹੀਂ, ਇਸ ਵਾਰੀ ਪਹਿਲੀ ਵਾਰ ਖੋਲ੍ਹੀਆਂ ਨੇ। ਸਾਰੇ ਤਵੇ ਪੱਟਣ ਉਪਰੰਤ ਆਪਾਂ ਨੂੰ ਆਹ ਤਿੰਨ ਇਹਦੇ 'ਚੋਂ ਚਾਬੀਆਂ ਮਿਲੀਆਂ ਨੇ। ਆਹ ਤਵੇ ਖੋਲ੍ਹੇ ਹੋਏ ਨੇ ਸਾਰੇ, ਉਹ ਇਹਦੀ ਲੱਠ ਪਈ ਹੈ ਅਤੇ ਆ ਨਾਲੇ ਇਹਦੇ ਵੇਲਣੇ ਜੇ ਪਏ ਨੇ ਸਾਰੇ ਖੋਲ੍ਹੇ। ਅਤੇ ਕੁੱਲ ਅੱਠ ਤਵਿਆਂ ਦੇ ਵਿੱਚੋਂ ਜਿੱਥੇ ਚਾਬੀਆਂ ਲੱਗਦੀਆਂ ਨੇ ਕੁੱਲ ਤਿੰਨ ਨਿਕਲੀਆਂ ਨੇ, ਪੰਜ ਇਹਦੇ 'ਚੋਂ ਨਹੀਂ ਮਿਲੀਆਂ ਜਾਂ ਚੱਲਦੇ ਚੱਲਦੇ ਢਿੱਲ ਹੋ ਗਈ, ਉਹਦੇ ਨਾਲ ਖੁੱਲ੍ਹ ਗਈਆਂ ਇਹ ਪੰਜ ਚਾਬੀਆਂ। ਹੁਣ ਆਪਾਂ ਚਾਰ ਸੂਤੇ ਮੋਟੇ ਸਰੀਏ ਦੀਆਂ ਵੱਢ ਕੇ ਬਣਾਵਾਂਗੇ। ਅਤੇ ਆ ਇੱਧਰਲੇ ਪਾਸੇ ਵੀ ਦੇਖੀ ਜਿਹੜੀਆਂ ਇਹਦੀਆਂ ਚੂੜੀਆਂ ਨੇ, ਇਹ ਵੀ ਅਗਲੇ ਪਾਸਿਓਂ ਸਾਰੀਆਂ ਖਰਾਬ ਹੋਈਆਂ ਪਈਆਂ ਨੇ। ਤਾਂ ਕਰਕੇ ਮੈਨੂੰ ਲੱਗਦਾ ਵੀ ਆਪਾਂ ਨੂੰ ਇੱਕ ਇਹਦਾ ਚੈੱਕ ਨਟ ਵੀ ਨਵਾਂ ਲਾਉਣਾ ਪਊਗਾ। ਲਓ ਜੀ, ਚਾਬੀਆਂ ਵੱਢ ਲਈਆਂ ਅਤੇ ਚਾਬੀਆਂ ਵੱਢਣ ਤੋਂ ਬਾਅਦ ਆਪਾਂ ਇੱਕ ਨਵਾਂ ਕੰਮ ਕਰਤਾ ਬਈ, ਉਹ ਚਾਬੀਆਂ ਨੂੰ ਇਹਦੇ ਵਿੱਚ ਹੀ ਆਪਾਂ ਸਰੀਆਂ ਦੇ ਟੋਟਿਆਂ ਨੂੰ ਇਹਦੇ ਵਿੱਚ ਹੀ ਵੈਲਡ ਕਰਤਾ। ਅਤੇ ਆਹ ਦੇਖੋ ਤਵਿਆਂ ਦੇ ਵਿੱਚ ਹੀ ਜਿਹੜੀ ਜਗ੍ਹਾ ਬਣੀ ਹੁੰਦੀ ਹੈ ਚਾਬੀ ਦੇ ਫਿੱਟ ਹੋਣ ਦੀ, ਉਹ ਵੈਸੇ ਹੀ ਫਿੱਟ ਹੁੰਦੀ ਆ, ਪਰ ਆਪਾਂ ਨੇ ਇਹਦੇ ਵੈਲਡ ਲਾਤਾ। ਇਹ ਦੇਖਦੇ ਹਾਂ ਵੀ ਕਿੰਨੀ ਕੁ ਤਕਨੀਕ ਕਾਮਯਾਬ ਰਹਿੰਦੀ ਆ ਵੀ, ਤਾਂ ਕਿ ਇਹ ਹੁਣ ਹਿੱਲੇ ਨਾ। ਅਤੇ ਇਸੇ ਤਰੀਕੇ ਨਾਲ ਆਪਾਂ ਅਗਲੀਆਂ ਵੀ ਸਾਰੀਆਂ ਚਾਬੀਆਂ ਜਿਹੜੀਆਂ ਹੈਗੀਆਂ ਉਹ ਤਵਿਆਂ ਦੇ ਵਿੱਚ ਜਿਹੜੀ ਜਗ੍ਹਾ ਬਣੀ ਹੁੰਦੀ ਆ ਉਹਦੇ 'ਚ ਸਾਰੇ ਵੈਲਡ ਕਰਤੇ। ਹਾਲਾਂਕਿ ਇੱਥੇ ਰਾਤ ਨੂੰ ਕੀਤੇ ਸੀ ਇਹ, ਅਤੇ ਰਾਤ ਨੂੰ ਕਿਉਂਕਿ ਸ਼ੀਸ਼ੇ ਵਿੱਚ ਹੀ ਦਿਖਦਾ ਨਹੀਂ, ਤਾਂ ਕਰਕੇ ਮੋਬਾਈਲ ਦੀ ਵਰਤੋਂ ਕਰਕੇ ਹੀ, ਕਿਉਂਕਿ ਵੀਡੀਓ ਦੇ ਵਿੱਚ ਆਪਾਂ ਨੂੰ ਸਾਰਾ ਕੁਝ ਦਿਖ ਰਿਹਾ ਹੁੰਦਾ ਕੈਮਰੇ 'ਚ, ਤਾਂ ਉਹਦੇ ਨਾਲ ਹੀ ਇਹ ਸਾਰੀ ਜਿਹੜੀ ਵੈਲਡਿੰਗ ਹੈ ਉਹ ਆਪਾਂ ਕਰੀਏ। ਤਾਂ ਇੱਥੇ ਇਹ ਵੀ ਕਹਿ ਸਕਦੇ ਹਾਂ ਬਈ ਵੈਲਡਿੰਗ ਵਾਲੇ ਸ਼ੀਸ਼ੇ ਦਾ ਕੰਮ ਰਾਤ ਨੂੰ ਆਪਾਂ ਨੇ ਮੋਬਾਈਲ ਤੋਂ ਹੀ ਲੈ ਲਿਆ, ਤਾਂ ਕਰਕੇ ਇਹ ਵੀਡੀਓ ਥੋੜ੍ਹੀ ਜਿਹੀ ਉਸ ਚੀਜ਼ ਦੀ ਬਣ ਗਈ। ਅਤੇ ਆਹ ਆਪਾਂ ਘਰੇ ਹੀ ਦੇਸੀ ਜਗਾੜ ਜਿਹਾ ਕਰਕੇ ਇੱਕ ਪਾਸੇ ਇੱਟਾਂ ਲਾ ਕੇ ਅਤੇ ਉਹਦੇ ਵਿੱਚ ਦੂਜੇ ਪਾਸੇ ਉੱਡੀ ਕ ਆਪਣੇ ਕੋਲ ਕੰਧ ਜੀ ਹੈਗੀ ਸੀ। ਅਤੇ ਆਹ ਦੇਖੋ ਆਹ ਸਾਰੀ ਜਿਹੜੀ ਢਿੱਲ ਹੈ ਇਹ ਹੁਣ ਖਤਮ ਹੋ ਗਈ ਲਗਭਗ। ਹੁਣ ਇਦੋਂ ਬਾਅਦ ਇਹਦਾ ਤਾਂ ਕੰਮ ਵੀ ਇਹਨੂੰ ਆਪਾਂ ਕਸੀਏ ਕਿਵੇਂ, ਟਾਈਟ ਕਿਵੇਂ ਕਰੀਏ ਫੁੱਲ। ਤਾਂ ਉਹਦੇ ਵਾਸਤੇ ਸਰੀਏ ਨੂੰ ਆਪਾਂ ਨੇ ਮੋੜ ਕੇ ਚੈੱਕ ਨਟ ਦੇ ਹਿਸਾਬ ਦੇ ਮੁਤਾਬਕ ਅਤੇ ਉਹਦੀ ਆਹ ਚਾਬੀ ਬਣਾ ਲਈ ਆ। ਅਤੇ ਅੱਗੇ ਇੱਕ ਸਰੀਏ ਨਾਲ ਇਹਨੂੰ ਵੈਲਡ ਕਰਤਾ ਵੀ, ਤਾਂ ਕਿ ਇਹ ਅੱਗੇ ਵੀ ਕੰਮ ਆ ਜੇ। ਅਤੇ ਇਹ ਸਰੀਏ ਦੇ ਵਿੱਚ ਆਪਾਂ ਇੱਕ ਪਾਈਪ ਪਾ ਕੇ ਖਿੱਚ ਕੇ ਅਤੇ ਦੂਏ ਪਾਸੇ ਰੈਂਚ ਨਾਲ ਖਿੱਚ ਕੇ ਇਹ ਟਾਈਟ ਕਰਤੇ। ਆਹ ਦੇਖੋ ਹੁਣ ਸਾਰੇ ਤਵੇ ਨੇ ਜਿਹੜੇ ਇਹ ਬਰਾਬਰ ਘੁੰਮਦੇ ਨੇ, ਬਿਲਕੁਲ ਵੀ ਢਿੱਲ ਨਹੀਂ ਹੈਗੀ, ਸਾਰੇ ਪਾਸਿਆਂ ਆਪਾਂ ਲਿਆ ਕੇ ਇਹਨੂੰ ਦੇਖ ਲਿਆ।
ਬਾਕੀ ਤਜਰਬਾ ਆਪਾਂ ਇਹਨੂੰ ਖੇਤ 'ਚ ਚਲਾ ਕੇ ਕਰਾਂਗੇ। ਹਿੱਸੇ ਦੇ 4 ਨਟ ਨੇ ਉਹਨਾਂ 'ਚ ਇਹਨੂੰ ਕੱਸ ਦਾਂਗੇ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।